ਗੁੱਡ ਈਵਨਿੰਗ ਟੂ ਆਲ ਜਿਵੇਂ ਤੁਸੀਂ ਜਾਣਦੇ ਹੋ ਆਜ ਆਲਸਾ ਐਗਜ਼ਾਮ ਹੋਇਆ ਸੀ ਤੇ ਤੁਹਾਨੂੰ ਪਤਾ ਜਦੋਂ ਵੀ ਆਲਸਾ ਐਗਜ਼ਾਮ ਹੋ ਜਾਂਦਾ ਸੀ ਤੁਹਾਡੇ ਸਾਹਮਣੇ ਐਗਜ਼ਾਮ ਤੋਂ ਐਗਜ਼ਾਮ ਤੋਂ ਬਾਅਦ ਰਿਵਿਊ ਤੇ ਉਸ ਤੋਂ ਬਾਅਦ ਲਿਸਨਿੰਗ ਤੇ ਰੀਡਿੰਗ ਦੇ ਆਨਸਰਸ ਦੀ ਵੀਡੀਓ ਅਪਲੋਡ ਕਰਦੇ ਆ ਤਾਂ ਉਸੇ ਤਰ੍ਹਾਂ ਹੁਣ ਜਿਹੜੀ ਅਸੀਂ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਆ ਉਹ ਹੈ ਇਵਨਿੰਗ ਦੇ ਲਿਸਨਿੰਗ ਦੇ ਆਨਸਰਸ ਸੋ ਸਾਨੂੰ ਬਹੁਤ ਸਾਰੇ ਸਟੂਡੈਂਟਸ ਦਾ ਮੈਸੇਜ ਆਇਆ ਸੀ ਕਿ ਮੈਮ ਪਲੀਜ਼ ਤੁਸੀਂ ਲਿਸਨਿੰਗ ਦੇ ਆਨਸਰ ਤੇ ਰੀਡਿੰਗ ਦੇ ਆਨਸਰਸ ਇਵਨਿੰਗ स्लॉट ਪਾ ਲੈਣ ਦੇ ਵੀ ਅਪਲੋਡ ਕਰੋ ਤਾਂ ਇਸ ਕਰਕੇ ਸਾਨੂੰ ਜਿੰਨੇ ਵੀ ਆਨਸਰਸ ਮਿਲੇ ਨੇ ਜਿਹੜੇ ਅਸੀਂ ਤੁਹਾਡੇ ਸਾਹਮਣੇ ਤੁਹਾਨੂੰ ਦਵਾਂਗੇ ਉਹ ਸਾਨੂੰ ਸਟੂਡੈਂਟਸ ਨੂੰ ਮਿਲੇ ਨੇ ਦਾ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਸਹੀ ਨੇ ਬਟ ਉਹਦੇ ਵਿੱਚੋਂ 80% ਦੇ ਅਨਸਰ ਨੇ ਇਹ ਸਹੀ ਨੇ ਠੀਕ ਹੈ ਤੁਸੀਂ ਤੁਸੀਂ ਜਿੰਨਾ ਬੱਚਿਆਂ ਨੇ ਅੱਜ ਈਵਨਿੰਗ ਦੇ ਵਿੱਚ ਐਗਜ਼ਾਮ ਦਿੱਤਾ ਉਹ ਆਪਦੇ ਇੱਕ ਵਾਰੀ ਲਿਸਨਿੰਗ ਦੇ ਅਨਸਰਸ ਦੇਖ ਲਿਓ ਤੇ ਨਾਲ ਦੀ ਨਾਲ ਜਿਹੜੀ ਸੀ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਹ ਹੋਗੀ ਰੀਡਿੰਗ ਦੇ ਅਨਸਰਸ ਦੇ ਸੋ ਹੁਣ ਆਪਾਂ ਜ਼ਿਆਦਾ ਟਾਈਮ ਵੇਸ ਨਾ ਕਰਦੇ ਹੋਏ ਤੁਹਾਨੂੰ ਲਿਸਨਿੰਗ ਦੇ ਅਨਸਰਸ ਪ੍ਰੋਵਾਈਡ ਕਰਦੇ ਆਂ ਹਾਂਜੀ ਹੁਣ ਆਪਾਂ ਦੇਖਦੇ ਹਾਂ ਫਸਟ ਦਾ ਜਿਹੜਾ ਅਨਸਰ ਸੀ ਰੋਜ਼ ਆਰਓਐਸਈ ਰੋਜ਼ ਜਿਨ੍ਹਾਂ ਦੇ ਸਾਹਮਣੇ ਅਸੀਂ ਨੰਬਰ ਲਿਖਿਆ ਹੋਇਆ ਹੁੰਦਾ ਉਹ ਅਨਸਰ ਉਹੀ ਆ ਜਿਨ੍ਹਾਂ ਦੇ ਸਾਹਮਣੇ ਨਹੀਂ ਲਿਖਿਆ ਹੋਇਆ ਇਟ ਮੀਨਸ ਉਹ ਸ਼ੋਰ ਨਹੀਂ ਹੈਗੇ ਕਿ ਕਿਹੜੇ ਨੰਬਰ ਤੇ ਉਹ ਆਣਗੇ ਠੀਕ ਹੈ ਇੱਕ ਅਨਸਰ ਸੀ ਵਾਕਿੰਗ ਏਲਕੇਆਈਐਨਜੀ ਵਾਕਿੰਗ ਇੱਕ ਅਨਸਰ ਸੀ ਲਿਸਨਿੰਗ ਦੇ ਵਿੱਚ ਰਿਅਲਿਟੀ ਆਰਈਏਐਲਆਈਟੀ ਬਾਇ ਰਿਅਲਿਟੀ ਇਰੋਜ਼ਨ ਈਆਰਓਐਸਆਈਓਨ ਇਰੋਜ਼ਨ Photocopy P-H-O-T-O-C-O-P-Y Photocopy Police P-O-L-I-C-E Police Handout H-A-N-D O-U-T Handout Corn C-O-R-N That is Corn Saturday S-A-T-U-R-D-A-Y That is Saturday Environment See Cancer E-N-V-I-R-O-N-M-E-N-T That is Environment ਫੋਰ ਦਾ ਆਨਸਰ ਸੀ ਬੀ ਫਿਫਥ ਵਾਸ ਏ 6th ਸੀ 7th ਬੀ 8th ਏ 9th ਬੀ 10th ਸੀ ਇੱਕ ਆਨਸਰ ਸੀ ਲਿਸਨਿੰਗ ਦੇ ਵਿੱਚ ਜਿੰਨਾ ਬੱਚੇ ਨੇ ਇਵਨਿੰਗ ਦੇ ਵਿੱਚ ਦਿੱਤਾ ਐਗਜ਼ਾਮ ਇੰਡੀਆ ਆਈ ਐਨ ਡੀ ਆਈ ਏ ਇੰਡੀਆ ਰੀਡਿੰਗ ਵੀ ਸੀ ਕਾ ਆਨਸਰ ਆਰ ای ਏ ਟੀ ਆਈ ਐਂ ਜੀ ਰੀਡਿੰਗ ਸੋ ਸਪੈਲਿੰਗ ਦਾ ਤੁਸੀਂ ਧਿਆਨ ਨਾਲ ਦੇਖ ਲਿਓ ਸਪੈਲਿੰਗ ਤੁਹਾਡੇ ਜੇ ਇਸ ਟਾਈਪ ਨਾਲ ਲਿਖੇ ਨੇ ਬਿਲਕੁਲ ਠੀਕ ਨੇ Silver C Answer S I L V E R, silver. Evidence, E V I D E N C E, evidence. six was C. Twenty seven the answer C B. 28th, A. 29th, C. 30A. 30, 39, the answer C wildlife. W I L D L I F E, wildlife. And 40 global warming, G L O B A L. W A R M I N G. ਦੈਟ ਇਜ਼ ਗਲੋਬਲ ਵਾਰਮਿੰਗ ਸੋ ਇਹ ਕੁਝ ਆਨਸਰ ਸੀ ਜਿਹੜੇ ਸਾਨੂੰ ਸਟੂਡੈਂਟਸ ਨੂੰ ਪਤਾ ਲੱਗੇ ਸੀ ਔਰ ਤੁਹਾਡੇ ਸਾਹਮਣੇ ਅਸੀਂ ਪ੍ਰੋਵਾਈਡ ਕੀਤੇ ਸੀ ਜੇ ਕਿਸੇ ਬੱਚੇ ਨੂੰ ਕਿਸੇ ਵੀ ਮੋਡਿਊਲ ਦੇ ਵਿੱਚ ਡਾਊਟ ਲੱਗਦਾ ਕਿਸੇ ਵੀ ਕੁਐਸਚਨ ਦੇ ਵਿੱਚ ਡਾਊਟ ਲੱਗਦਾ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਨਾਲ ਦੀ ਨਾਲ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਜਿਹੜੀ ਅਸੀਂ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਹ ਹੋਗੀ ਰੀਡਿੰਗ ਦੇ ਆਨਸਰਸ ਦੀ ਤੇ ਜਿਹੜੇ ਬੱਚਿਆਂ ਨੇ ਈਵਨਿੰਗ ਦੇ ਵਿੱਚ ਅੱਜ ਐਗਜ਼ਾਮ ਦਿੱਤਾ ਉਹ ਆਪਦੇ ਰੀਡਿੰਗ ਦੇ ਆਨਸਰਸ ਵੀ ਚੈੱਕ ਕਰ ਸਕਦਾ Thank you.